ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ 네ਪਾਲ ਦੇ ਮੁਕਤੀਨਾਥ ਮੰਦਿਰ ਵਿੱਚ ਪੀਐਮ ਮੋਦੀ ਨੇ ਕੀਤੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਦੌਰੇ ਤੇ ਹਨ ਸ਼ਨੀਵਾਰ ਨੂੰ ਉਹਨਾਂ ਨੇ 네ਪਾਲ ਦੇ ਪ੍ਰਸਿੱਧ ਮੁਕਤੀਨਾਥ ਮੰਦਿਰ ਵਿੱਚ ਪੂਜਾ ਕੀਤੀ ਇਸ ਦੌਰਾਨ ਉਹਨਾਂ ਨੇ ਕਾਲਾ ਚਸ਼ਮਾ ਤੇ ਲਾਲ ਜੈਕਟ ਪਾਈ ਹੋਈ ਸੀ ਪਾਕਿਸਤਾਨ ਦੇ ਕਈ ਵੱਡੇ ਸ਼ਹਿਰਾਂ ਵਿੱਚ ਹੋਇਆ ਬਲੈਕਆਊਟ ਪਾਕਿਸਤਾਨ ਵਿੱਚ ਬਿਜਲੀ ਦੀ ਖਰਾਬੀ ਕਾਰਨ ਸ਼ਨੀਚਰਵਾਰ ਅੱਧੀ ਰਾਤ ਨੂੰ ਕਈ ਵੱਡੇ ਸ਼ਹਿਰਾਂ ਵਿੱਚ ਬਿਜਲੀ ਜਾਣ ਕਾਰਨ ਬਲੈਕਆਊਟ ਵਰਗੀ ਸਥਿਤੀ ਬਣ ਗਈ ਪਾਕਿਸਤਾਨ ਦੇ ਬਿਜਲੀ ਮੰਤਰਾਲੇ ਮੁਤਾਬਕ ਇਸਲਾਮਾਬਾਦ ਪਸ਼ਾਵਰ ਮਲਤਾਨ ਜੇਲਮ ਗੁਜਰਖਾਨ ਤੇ ਮੁਜਫਰਗੜ ਵਿੱਚ ਮੁਰੰਮਤ ਦਾ ਕੰਮ ਚੱਲੀ ਹੈ ਇਸ ਦੌਰਾਨ ਇਹਨਾਂ ਸ਼ਹਿਰਾਂ ਦੇ ਵਿੱਚ ਬਿਜਲੀ ਸਾਰਾ ਦਿਨ ਬੰਦ ਰਹੀ ਕਿਸਾਨ ਅੰਦੋਲਨ ਬਾਰੇ ਜੁਗਿੰਦਰ ਸਿੰਘ ਉਗਰਾਹਾਂ ਨੇ ਦਿੱਤਾ ਵੱਡਾ ਬਿਆਨ ਅਸੀਂ ਜਿੱਤ ਕੇ ਜਾਵਾਂਗੇ ਤੁਹਾਡੇ ਨਾਲ ਵਾਦਾ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜੋਗਿੰਦਰ ਸਿੰਘ ਉਗਰਾਹਾ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਸਰਕਾਰ ਕੋਲ ਦੇ ਦਬਾਹ ਹੇਠ ਹੈ ਕਿਉਂਕਿ ਕੋਲ ਬਹੁਤ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼ਾਂਤਮਈ ਹੋਣ ਕਰਕੇ ਇਸ ਨੂੰ ਸਮਰਥਨ ਕਾਫੀ ਮਿਲ ਰਿਹਾ ਹੈ ਹਰਿਆਣਾ ਪੰਜਾਬ ਯੂਪੀ ਰਾਜਸਥਾਨ ਕਰਨਾਟਕ ਮਹਾਰਾਸ਼ਟਰ ਆਦਿ ਦੇ ਕਿਸਾਨ ਜੁੜ ਰਹੇ ਹਨ ਅੰਦੋਲਨ ਵੱਧ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੰਘਰਸ਼ ਜਿੱਤ ਕੇ ਜਾਵਾਂਗੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕਿਸਾਨ ਅੰਦੋਲਨ 'ਚ ਮਾਰੇ ਗਏ ਕਿਸਾਨਾਂ 'ਚੋਂ 40 ਕਿਸਾਨਾਂ ਨੂੰ ਆਪਣੀ ਪਾਰਟੀ ਦਾ ਮੈਂਬਰ ਦੱਸਣ ਤੇ ਸਿਆਸਤ ਤੇਜ਼ ਹੋ ਗਈ ਹੈ। ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਦੇ ਸਿੱਖ ਸੰਗਠਨਾਂ ਨੇ ਅਕਾਲੀਆਂ ਨੂੰ ਕਟਹਿਰੇ 'ਚ ਖੜਾ ਕਰਦੇ ਹੋਏ ਹੱਲਾ ਬੋਲ ਦਿੱਤਾ ਹੈ ਜਦਕਿ ਕਿਸਾਨ ਅੰਦੋਲਨ ਨੂੰ ਚਲਾ ਰਹੇ ਅੰਦੋਲਨਕਾਰੀ ਨੇਤਾ ਦਾਵਾ ਕਰ ਰਹੇ ਹਨ ਕਿ ਉਹਨਾਂ ਦਾ ਅੰਦੋਲਨ ਗੈਰ-ਰਾਜਨੀਤਿਕ ਹੈ ਬਾਦਲ ਦੇ ਦਾਅਵੇ ਤੋਂ ਬਾਅਦ ਕਿਸਾਨ ਅੰਦੋਲਨ ਪਿੱਛੇ ਰਾਜਨੀਤਿਕ ਸਮਰਥਨ ਹੋਣ ਦੇ ਲਾਏ ਜਾ ਰਹੇ ਕਿਆਸਾਂ ਦੀ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ ਇਸ ਬੰਦੀ ਸ਼੍ਰੋਮ ਨੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਦਲ ਤੇ ਕਰਾਰਾ ਹਮਲਾ ਬੋਲ ਦਿੱਤਾ ਹੈ ਤਨਾਲ ਹੀ ਸੋਚ ਸਮਝ ਕੇ ਬੋਲਣ ਦੀ ਨਸੀਹਤ ਵੀ ਦਿੱਤੀ ਹੈ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਬਹਾਨੇ ਬੀਰ ਬਾਦਲ ਅਕਾਲੀ ਦਲ ਨੂੰ ਜਿਉਂਦਾ ਕਰਨਾ ਚਾਹੁੰਦੇ ਹਨ ਬ੍ਰਿਟੇਨ ਦੀ ਨੈਸ਼ਨਲ ਕਰਾਈਮ ਏਜੰਸੀ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਕਿ ਦੇਸ਼ 'ਚ ਕੁਝ ਧੋਖੇਬਾਜ਼ ਕੋਵਿਡ-19 ਦਾ ਟੀਕਾ ਲਾਉਣ ਦੇ ਨਾਂ ਤੇ ਲੋਕਾਂ ਤੋਂ ਉਹਨਾਂ ਦੇ ਬੈਂਕ ਖਾਤੇ ਸਬੰਧੀ ਜਾਂ ਨਕਦ ਰਕਮੀ ਮੰਗ ਕੇ ਪੈਸੇ ਵਸੂਲ ਕਰਦੇ ਹਨ ਬ੍ਰਿਟੇਨ ਜ ਫਾਈਜ਼ਰ ਬਾਇਓ ਬਾਇਓਨਟੈਕ ਅਤੇ ਆਕਸਫੋਰਡ ਐਸਟਰਾਜੇਨਕਾ ਦੇ ਟੀਕੇ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਜਿਹੇ 'ਚ ਅਧਿਕਾਰੀਆਂ ਨੇ ਇਸ ਹਫਤੇ ਇੱਕ ਸੰਦੇਸ਼ ਭੇਜ ਕੇ ਟੀਕਿਆਂ ਸਬੰਧੀ ਘੁਟਾਲਿਆਂ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਉੱਤਰੀ ਕੋਰੀਆ ਦੇ ਨੇਤਾ ਕਿੰਗ ਜੋង ਔਨ ਨੇ 8ਵੀਂ ਸੱਤਾਧਾਰੀ ਪਾਰਟੀ ਕਾਂਗਰਸ ਦੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਦੇਸ਼ ਨੇ ਇੱਕ ਨਵੀਂ ਪ੍ਰਮਾਣੂ ਪੰਡੁੱਬੀ ਦਾ ਨਿਰਮਾਣ ਕੀਤਾ ਹੈ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਕਿੰਗ ਨੇ ਕਿਹਾ ਕਿ ਇੱਕ ਨਵੀਂ ਪ੍ਰਮਾਣੂ ਪੰਡੁੱਬੀ ਬਣ ਕੇ ਤਿਆਰ ਹੈ ਜੋ ਆਧੁਨਿਕਕਰਨ ਦੀ ਇੱਕ ਉਦਾਹਰਣ ਹੈ ਇਸ ਨਾਲ ਸਮੁੰਦਰੀ ਫੌਜ ਦੀ ਪਾਣੀ ਅੰਦਰ ਫੌਜੀ ਮਿਹਨ ਦੀ ਮੌਜੂਦਾ ਸਮਰੱਥਾ 'ਚ ਵਾਧਾ ਹੋਵੇਗਾ ਨਵੇਂ ਖੇਤੀ ਕਾਨੂੰਨਾ ਖਲਾਫ ਅੰਦੋਲਨ ਦਿਨੋ ਦਿਨ ਜ਼ੋਰ ਫੜਦਾ ਜਾ ਰਿਹਾ ਹੈ ਦਿੱਲੀ ਨਾਲ ਲੱਗਦੇ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਕਿਸਾਨ ਔਰਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ 2000 ਮਹਿਲਾ ਕਿਸਾਨ ਨੇਤਾਵਾਂ ਵੱਲੋਂ ਬਾਰਡਰ ਤੇ ਸ਼ੁਰੂ ਕੀਤੇ ਗਏ ਅੰਦੋਲਨ ਵਿੱਚ 60000 ਤੋਂ ਜ਼ਿਆਦਾ ਔਰਤਾਂ ਨੂੰ ਲੋਕਸਾਨਾਂ ਨੂੰ ਜੋੜਨ ਲਈ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਘਰ-ਘਰ ਜਾ ਕੇ ਔਰਤਾਂ ਹੀ ਔਰਤਾਂ ਨੂੰ ਸੰਘਰਸ਼ ਲਈ ਇਕੱਠਾ ਕਰ ਰਹੀਆਂ ਹਨ ਉਹ ਟਰੈਕਟਰਾਂ ਦੀ ਮਦਦ ਨਾਲ ਪਿੰਡਾਂ ਵਿੱਚ ਡੇਲਿੰਗਾਂ ਘੱਟ ਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਇਸ ਅੰਦੋਲਨ ਵਿੱਚ ਜੋੜਨ ਦੇ ਵਿੱਚ ਲਕੀਆਂ ਹੋਈਆਂ ਹਨ ਤਾ ਦੋਸਤੋ ਇਹ ਸਾਨੂੰ ਪਿਛਲੇ ਦਿਨ ਭਰ ਦੀਆਂ ਕੁਝ-ਕੁਝ ਵਟੀਆਂ ਖਬਰਾਂ ਹਰ ਰੋਜ਼ ਤੁਹਾਡੇ ਲਈ ਖਬਰਾਂ ਦਾ ਵਿਸ਼ੇਸ਼ ਬੁਲਟਨ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜਲਦੀ ਮਿਲਦੇ ਆ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ